ਸਾਬਕਾ ਸੈਨਿਕ ਐਕਸ਼ਨ ਗਰੁੱਪ ਵੱਲੋਂ ਸੱਦਾ ਦਿੱਤਾ ਗਿਆ ਸੀਗਾ। ਕੱਲ੍ਹ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਕਿ ਜਿੰਨੇ ਵੀ ਸਾਬਕਾ ਸੈਨਿਕ ਨੇ ਇਹ ਜਿਹੜੇ ਮੋਦੀ ਸਰਕਾਰ ਕਿਸਾਨਾਂ ਅਤੇ ਜਵਾਨਾਂ ਦੇ ਪਿੱਛੇ ਹੱਥ ਧੋ ਕੇ ਪਈ ਹੋਈ ਆ ਉਹਨੂੰ ਜਵਾਬ ਦੇਣ ਵਾਸਤੇ ਸਾਬਕਾ ਸੈਨਿਕ ਵੀ ਇਕੱਠੇ ਹੋ ਕੇ ਅੱਜ ਅਸੀਂ ਦਿੱਲੀ ਨੂੰ ਰਵਾਨਾ ਹੋ ਰਹਾਂਗੇ। ਇਹ ਫੌਜ ਦੇ ਵਿੱਚ ਸਾਨੂੰ ਮੋਬਲਾਈਜੇਸ਼ਨ ਬਹੁਤ ਵਧੀਆ ਤਰੀਕੇ ਨਾਲ ਸਿਖਾਇਆ ਜਾਂਦਾ ਕਿ ਅਗਰ ਅਸੀਂ ਆਪਣੀਆਂ ਬੈਰਕਾਂ ਛੱਡ ਕੇ ਬਾਹਰ ਮੂਵ ਕਰਨਾ ਅਸੀਂ ਹਰ ਤਰ੍ਹਾਂ ਦੀ ਤਿਆਰੀ ਕਰਕੇ ਆਪਣੇ ਨਾਲ ਲੈ ਕੇ ਜਾਂਦਾ ਸਾਡਾ ਖਾਣ ਪੀਣ ਦਾ ਸਾਰਾ ਸਮਾਨ ਬਿਸਤਰਾ ਰਹਿਣ ਦਾ ਪੂਰਾ ਬੰਦੋਬਸਤ ਅਸੀਂ ਕਰਕੇ ਆਪਣੇ ਨਾਲ ਲੈ ਕੇ ਜਾ ਰਹੇਗੇ ਜੀ। ਅਤੇ ਇਹਨਾਂ ਮੈਡਲਾਂ ਦਾ ਇਹਨਾਂ ਬਿੱਲਿਆਂ ਦੀ ਮੈਨੂੰ ਲੱਗਦਾ ਵੀ ਕੋਈ ਕੀਮਤ ਨਹੀਂ ਹੁਣ ਜਾਂ ਸਰਕਾਰ ਇਹਨਾਂ ਵੱਲ ਸਹੀ ਤਰੀਕੇ ਨਾਲ ਧਿਆਨ ਨਹੀਂ ਦੇ ਰਹੀ। ਇਹ ਮੈਡਲ ਸਾਡੇ ਹੁਣ ਕਿਸੇ ਕੰਮ ਦੇ ਨਹੀਂ ਰਹੇ। ਕਿਸਾਨਾਂ ਦੇ ਹਮਾਇਤ ਦੇ ਵਿੱਚ ਜਾ ਰਹੇ ਹੋ ਪਰ ਦੂਸਰੇ ਪਾਸੇ ਕੇਂਦਰ ਸਰਕਾਰ ਨੇ ਜਿਹੜੇ ਜਵਾਨ ਨੇ ਉਹ ਤੈਨਾਤ ਕਰਤੇ ਨੇ ਕਿ ਜਦੋਂ ਵੀ ਕੋਈ ਮਾਹੌਲ ਇਸ ਤਰ੍ਹਾਂ ਦਾ ਬਣਦਾ ਹੈ ਤਾਂ ਉਹਨਾਂ ਦੇ ਉੱਪਰ ਕਾਬੂ ਕਰ ਸਕਣ। ਕੀ ਲੱਗਦਾ ਤੁਹਾਨੂੰ ਕਿ ਸਰਕਾਰ ਦੋਹਰੀ ਰਾਜਨੀਤੀ ਖੇਡ ਰਹੀ ਆ ਜਾਂ ਫਿਰ ਜਿਹੜੇ ਜਵਾਨ ਨੇ ਉਹ ਕਿਸਾਨਾਂ ਦਾ ਹੀ ਸਾਥ ਦੇਣਗੇ? ਉਹਨਾਂ ਨੇ ਕਿਹਾ ਸੀ ਹਿੰਦੁਸਤਾਨ ਦੇ ਖੇਤੀਬਾੜੀ ਮੰਤਰੀ ਨੇ ਕਿ ਅਸੀਂ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਹਾਂ, ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਮਹਿਲਾਵਾਂ ਅਤੇ ਬੱਚਿਆਂ ਨੂੰ ਵਾਪਸ ਭੇਜ ਦੇਣ। ਉਹ ਇਸ ਕਰਕੇ ਕਹਿ ਰਹੇ ਨੇ ਕਿ ਉਹਨਾਂ ਬੱਚੇ ਅਤੇ ਮਹਿਲਾਵਾਂ ਵਾਪਸ ਚਲੇ ਜਾਣ ਅਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਖਿਲਾਫ਼ ਜਿਹੜੀ ਕਾਨੂੰਨੀ ਕਾਰਵਾਈ ਉਹਨਾਂ ਦੀ ਬਣਦੀ ਆ ਇਹਨਾਂ ਨਾਲ ਜਿਹੜਾ ਇਸ ਮਾਹੌਲ ਨੂੰ ਖਰਾਬ ਕੀਤਾ ਜਾਵੇ ਉਹਨਾਂ 'ਤੇ ਧੱਕਾ ਮੁੱਕੀ ਕੀਤਾ ਜਾਵੇ ਜਾਂ ਉੱਥੋਂ ਜ਼ਬਰਦਸਤੀ ਠਾਲਿਆ ਜਾਵੇ। ਉਹ ਫਿਰ ਲਾਠੀ ਚਾਰਜ ਕਰ ਸਕਦੇ ਨੇ, ਹੋ ਸਕਦਾ ਕੱਲ੍ਹ ਨੂੰ ਮਾਹੌਲ ਗਰਮ ਹੋ ਜਾਵੇ ਉਹ ਗੋਲੀ ਦਾ ਹੁਕਮ ਵੀ ਦੇ ਸਕਦੇ ਨੇ। ਉਹ ਸਾਡੇ ਜਵਾਨਾਂ ਔਰ ਕਿਸਾਨਾਂ ਨੂੰ ਆਪ 'ਚ ਭੜਾ ਕੇ ਮਾਰਨ ਦੀ ਦੋਹਰੀ ਰਾਜਨੀਤੀ ਕਰ ਰਹੇ ਨੇ। ਬਾਰਡਰਾਂ 'ਤੇ ਵੀ ਅਸੀਂ ਮਰੀਏ ਅਤੇ ਆਪਣੇ ਹੱਕਾਂ ਲਈ ਦਿੱਲੀ 'ਚ ਵੀ ਅਸੀਂ ਮਰੀਏ, ਇਹ ਕਿੱਥੋਂ ਦੀ ਇਹ ਰਾਜਨੀਤੀ ਆ ਦੱਸੋ? ਮੋਦੀ ਸਰਕਾਰ ਬਿਲਕੁਲ ਇੱਕ ਮੈਂ ਕਹਾਂਗਾ ਲਫ਼ਜ਼ ਬੋਲਣੇ ਨਹੀਂ ਚਾਹੀਦੇ, ਇੱਕ ਬੇਵਕੂਫ ਸਰਕਾਰ ਹੈ, ਅਨਪੜ੍ਹਾਂ ਦੀ ਸਰਕਾਰ ਹੈ। ਜਿੱਥੇ ਕੇਂਦਰ ਸਰਕਾਰ ਆਪਣੀਆਂ ਜਿੱਦਾਂ ਦੇ ਉੱਪਰ ਅੜੀ ਹੋਈ ਹੈ ਉੱਥੇ ਹੀ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹ ਵੀ ਲੰਮੇ ਸਮੇਂ ਤੋਂ ਜਿਹੜੀਆਂ ਦਿੱਲੀ ਦੇ ਵਿੱਚ ਪ੍ਰੋਟੈਸਟ ਕਰ ਰਹੀਆਂ ਨੇ ਔਰ ਉਹਨਾਂ ਨੂੰ ਹਰ ਵਰਗ ਦਾ ਜਿਹੜਾ ਸਾਥ ਹੈ ਬਹੁਤ ਵੱਡੇ ਪੱਧਰ ਮਿਲ ਰਿਹਾ ਹੈਗਾ, ਚਾਹੇ ਪੰਜਾਬ ਦੀ ਗੱਲ ਹੋਵੇ ਜਾਂ ਫਿਰ ਉਹ ਵਿਦੇਸ਼ਾਂ ਦੀ ਗੱਲ ਹੋਵੇ। ਹੁਣ ਸਾਬਕਾ ਸੈਨਿਕ ਨੇ ਜਿਹੜੇ ਉਹ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਹੈਗੇ ਨੇ ਰਵਾਨਾ ਹੋਣ ਦੇ ਲਈ ਤਿਆਰ ਨੇ। ਦਿੱਲੀ ਦੇ ਵਿੱਚ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਿਲ ਹੋਣਗੇ ਸਾਬਕਾ ਸੈਨਿਕ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਗੁਲਾਬ ਜੀ, ਦਿੱਲੀ ਦੇ ਵਿੱਚ ਜਾ ਰਹੇ ਹੋ, ਕਿਸ ਤਰ੍ਹਾਂ ਦਾ ਪ੍ਰੋਟੈਸਟ ਲੈ ਕੇ ਜਾ ਰਹੇ ਹੋ, ਕਿਸ ਤਰ੍ਹਾਂ ਦੀਆਂ ਮੰਗਾਂ ਨੇ ਤੁਹਾਡੀਆਂ ਔਰ ਕੀ ਜਿਹੜੇ ਤੁਹਾਡੇ ਉੱਥੇ ਮੇਨ ਮੁੱਦੇ ਹੋਣਗੇ? ਜੀ, ਇੰਡੀਅਨ ਵੈਟਰਨ ਔਰਗਨਾਈਜੇਸ਼ਨ ਵੱਲੋਂ ਕੱਲ੍ਹ ਆਲ ਪੰਜਾਬ ਦੇ ਵਿੱਚ ਸਾਬਕਾ ਸੈਨਿਕਾਂ ਨੂੰ ਸੱਦਾ ਦਿੱਤਾ ਗਿਆ ਸੀਗਾ। ਸਾਬਕਾ ਸੈਨਿਕ ਐਕਸ਼ਨ ਗਰੁੱਪ ਵੱਲੋਂ ਸੱਦਾ ਦਿੱਤਾ ਗਿਆ ਸੀਗਾ। ਕੱਲ੍ਹ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਕਿ ਜਿੰਨੇ ਵੀ ਸਾਬਕਾ ਸੈਨਿਕ ਨੇ ਇਹ ਜਿਹੜੇ ਮੋਦੀ ਸਰਕਾਰ ਕਿਸਾਨਾਂ ਅਤੇ ਜਵਾਨਾਂ ਦੇ ਪਿੱਛੇ ਹੱਥ ਧੋ ਕੇ ਪਈ ਹੋਈ ਆ ਉਹਨੂੰ ਜਵਾਬ ਦੇਣ ਵਾਸਤੇ ਸਾਬਕਾ ਸੈਨਿਕ ਵੀ ਇਕੱਠੇ ਹੋ ਕੇ ਅੱਜ ਅਸੀਂ ਦਿੱਲੀ ਨੂੰ ਰਵਾਨਾ ਹੋ ਰਹਾਂਗੇ ਅਤੇ ਉੱਥੇ ਧਰਨੇ ਦੇ ਵਿੱਚ ਅਸੀਂ ਉਹਨਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਨਾਲ ਬੈਠਾਂਗੇ। ਅਸੀਂ ਉਦੋਂ ਤੱਕ ਬੈਠੇ ਰਹਾਂਗੇ ਜਦੋਂ ਤੱਕ ਕੇਂਦਰ ਸਰਕਾਰ ਜਿਹੜੇ 3 ਕਾਲੇ ਬਿੱਲ ਨੇ ਉਹਨਾਂ ਨੂੰ ਰੱਦ ਨਹੀਂ ਕਰਦੀ ਅਤੇ ਸਾਬਕਾ ਸੈਨਿਕਾਂ ਦੇ ਜਿਹੜੀਆਂ ਪੈਨਸ਼ਨ ਕਟੌਤੀ ਦੇ ਸੰਬੰਧ ਵਿੱਚ ਪ੍ਰਪੋਜ਼ਲ ਜਿਹੜੇ ਪਾਏ ਜਾ ਰਹੇ ਨੇ ਇਹ ਜਿਹੜੀਆਂ ਗਿੱਦੜ ਭੰਮਕੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਉਸ ਦੇ ਵਿਰੋਧ ਦੇ ਵਾਸਤੇ ਅਸੀਂ ਦਿੱਲੀ ਪਹੁੰਚ ਰਹੇ ਹਾਂ ਜੀ। ਕੀ ਸਮਾਨ ਤੁਸੀਂ ਆਪਣੇ ਨਾਲ ਲੈ ਕੇ ਜਾ ਰਹੇ ਹੋ, ਕਿੰਨੇ ਸਮੇਂ ਲਈ ਤਿਆਰੀ ਕਰਕੇ ਜਾ ਰਹੇ ਹੈਗੇ? ਜੀ, ਫੌਜ ਦੇ ਵਿੱਚ ਸਾਨੂੰ ਮੋਬਲਾਈਜੇਸ਼ਨ ਬਹੁਤ ਵਧੀਆ ਤਰੀਕੇ ਨਾਲ ਸਿਖਾਇਆ ਜਾਂਦਾ ਕਿ ਅਗਰ ਅਸੀਂ ਆਪਣੀਆਂ ਬੈਰਕਾਂ ਛੱਡ ਕੇ ਬਾਹਰ ਮੂਵ ਕਰਨਾ ਅਸੀਂ ਹਰ ਤਰ੍ਹਾਂ ਦੀ ਤਿਆਰੀ ਕਰਕੇ ਆਪਣੇ ਨਾਲ ਲੈ ਕੇ ਜਾਂਦਾ ਸਾਡਾ ਖਾਣ ਪੀਣ ਦਾ ਸਾਰਾ ਸਮਾਨ ਬਿਸਤਰਾ ਰਹਿਣ ਦਾ ਪੂਰਾ ਬੰਦੋਬਸਤ ਅਸੀਂ ਕਰਕੇ ਆਪਣੇ ਨਾਲ ਲੈ ਕੇ ਜਾ ਰਹੇ ਹਾਂ ਜੀ। ਉੱਥੇ ਬੜੇ ਬੜੇ ਮੈਡਲ ਲੱਗੇ ਹੋਏ ਨੇ, ਮੈਡਲਾਂ ਬਾਰੇ ਵੀ ਜਾਣਕਾਰੀ ਦਿਓ ਕੁਝ। ਜੀ, ਮੈਡਲ ਨੇ ਜਿਹੜੇ ਇਹ ਇੱਕ ਸਾਡਾ ਸਨਮਾਨ ਹੁੰਦਾ ਜਿਹੜੇ ਬਰਫੀਲੇ ਇਲਾਕਿਆਂ ਦੇ ਵਿੱਚ, ਰੇਤਲੇ ਇਲਾਕਿਆਂ ਦੇ ਵਿੱਚ ਜਾਂ ਇੰਸਰਜੈਂਸੀ ਏਰੀਆ ਦੇ ਵਿੱਚ ਜਾਂ ਖਤਰਨਾਕ ਦੁਰਗਮ ਇਲਾਕਿਆਂ ਦੇ ਵਿੱਚ ਸਾਬਕਾ ਸੈਨਿਕ ਜਦੋਂ ਡਿਊਟੀਆਂ ਕਰਦੇ ਨੇ ਉਸ ਦੇ ਪਰਪਸ ਦੇ ਵਿੱਚ ਇਹ ਸਾਨੂੰ ਮੈਡਲ ਨੇ ਜਿਹੜੇ ਦਿੱਤੇ ਜਾਂਦੇ ਨੇ। ਅਤੇ ਇਹਨਾਂ ਮੈਡਲਾਂ ਦਾ ਇਹਨਾਂ ਬਿੱਲਿਆਂ ਦੀ ਮੈਨੂੰ ਲੱਗਦਾ ਵੀ ਕੋਈ ਕੀਮਤ ਨਹੀਂ ਹੁਣ ਜਾਂ ਸਰਕਾਰ ਇਹਨਾਂ ਵੱਲ ਸਹੀ ਤਰੀਕੇ ਨਾਲ ਧਿਆਨ ਨਹੀਂ ਦੇ ਰਹੀ। ਇਹ ਮੈਡਲ ਸਾਡੇ ਹੁਣ ਕਿਸੇ ਕੰਮ ਦੇ ਨਹੀਂ ਰਹੇ ਕਿਉਂਕਿ ਸਾਡੀ ਜਿਹੜੀ ਫੌਜ ਦੀ ਜਿਹੜੀ ਜ਼ਿਆਦਾਤਰ ਨੌਕਰੀ ਆ ਉਹ ਸਿਰਫ ਇੱਕੋ ਵਾਸਤੇ ਹੁੰਦੀ ਆ ਕਿ ਸਾਬਕਾ ਸੈਨਿਕ ਔਖੀ ਘੜੀ ਮੁਸੀਬਤ ਦੇ ਘੜੇ ਜਿਹੜੇ ਦੇ ਪਲ ਨੇ ਉਹ ਫੌਜ ਦੇ ਵਿੱਚ ਲੰਘਾ ਕੇ ਆਉਂਦੀ ਆ ਕਿ ਸਾਨੂੰ ਪੈਨਸ਼ਨ ਦੇ ਸਿਰ 'ਤੇ ਅਸੀਂ ਬਚੀ ਹੋਈ ਜ਼ਿੰਦਗੀ ਜਿਹੜੀ ਬਤੀਤ ਕਰਾਂਗੇ। ਪਰ ਇਹ ਕੇਂਦਰ ਸਰਕਾਰ ਹੁਣ ਸਾਡੀ ਪੈਨਸ਼ਨ ਦੇ ਉੱਤੇ ਬਹੁਤ ਵੱਡਾ ਕੱਟ ਲਾਉਣ ਜਾ ਰਹੀ ਆ ਜਿਹਦਾ ਹਰ ਇੱਕ ਸਾਬਕਾ ਸੈਨਿਕ ਅਤੇ ਪਲੱਸ ਜਿਹੜੇ ਅੱਜ ਔਨ ਡਿਊਟੀ ਸਾਡੇ ਸੈਨਿਕ ਬੈਠੇ ਨੇ ਉਹਨਾਂ ਦਾ ਵੀ ਜਿਹੜਾ ਮਨੋਬਲ ਹੈ ਉਹ ਬਹੁਤ ਜ਼ਿਆਦਾ ਗਿਰ ਰਿਹਾ। ਉਹ ਬੜੇ ਸਸੋਪਨ ਦੇ ਵਿੱਚ ਪਏ ਨੇ ਕਿ ਸਾਡਾ ਭਵਿੱਖ ਜਿਹੜਾ ਕੀ ਹੋਊਗਾ। ਇਹ ਕੇਂਦਰ ਸਰਕਾਰ ਨੂੰ ਕਲੀਅਰ ਕਰਨਾ ਚਾਹੀਦਾ ਕਿ ਉਹ ਇਸ ਤਰ੍ਹਾਂ ਕਿਉਂ ਕਰਦੀ ਹੈ। ਕਿਸਾਨਾਂ ਦੀਆਂ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਲੇਕਿਨ ਤਕਰੀਬਨ ਸਾਰੀਆਂ ਜਿਹੜੀਆਂ ਮੀਟਿੰਗਾਂ ਨੇ ਉਹ ਬੇਸ਼ਿੱਟਾ ਹੀ ਰਹੀਆਂ ਨੇ। ਕੀ ਲੱਗਦਾ ਕਿ ਕੇਂਦਰ ਸਰਕਾਰ ਕੋਈ ਹੱਲ ਕੱਢਣਾ ਚਾਹੁੰਦੀ ਹੈ ਜਾਂ ਫਿਰ ਇਸ ਨੂੰ ਸੰਘਰਸ਼ ਨੂੰ ਲੰਮਾ ਖਿੱਚ ਰਹੀ ਹੈ? ਦੇਖੋ, ਕੇਂਦਰ ਸਰਕਾਰ ਦੇ ਜਿਹੜੇ ਹੁਣ ਤੱਕ ਦੇ ਆਪਾਂ ਜਿਹੜੇ ਮੀਡੀਆ ਦੇ ਥਰੂ ਜਿਹੜੇ ਚੈਨਲ ਦੇ ਥਰੂ ਪਤਾ ਲੱਗ ਰਿਹਾ
कि बार बार छोटिया छोटिया मीटिंगा करके ये सिर्फ टाइम लंघा चाहती है। अगर केंद्र सरकार चाहे अगर वो हिंदुस्तान के भारत वर्ष के जवानों के किसानों का जा आम जनता का आम पब्लिक का उन्होंने फिक्र हो यहोजे फैसले लवे वो तो बिल्कुल आराम अपने फैसले लई जा रही है तो आम आदमी आ जिहड़ा वो मर रहा। हुण तुसी एक चीज़ सोच के देखो कि अज साडे किसान ने जिहड़े वो दिल्ली दे विच चारे पासे दिल्ली नू सील करके बैठे ने उन्होंने नाल दे बच्चे उन्हां दीआं जिहड़ियां जनानियां पत्नियां ने जिहड़ियां महिलावां ने भैणां ने मावां ने वो सारियां उत्थे बैठियां ने कि सरकार नू इह पता नहीं हो रहा कि इन्नी ठंड दे विच वो अपनियां रातां किवें गुजार रहे ने लेकिन सरकार ते कोई असर नहीं। वो तरीक ते तरीक तरीक ते तरीक तरीक ते तरीक पा के अगे ते अगे वधाउंदी जा रही आ जिहदा कि सरकार नू खामियाजा भुगतना पऊगा। बीजेपी के कुछ आगुओं का बयान आया वो कहते हैं कि किसानों को असी बेनती करते हैं कि अपने बच्चे तो महिलावान ने जी पंजाब वापस भेज दी जा किस तरह की मंशा नज़र आती है इस बयान को। देखो जी ये तो जग जाहिर है कि जो हम परसों मीटिंग हुई सी 5 तरीक तो उत्थे साडे जिहड़े किसान आगू सीगे उन्होंने बिल्कुल नो मूवमेंट का इशारा करता सी कि इस तो बाद असी कुछ नहीं बोलना मौन धार लिया सी। वो बैठे बैठे अपनियां चेहरां टेबल तो पिछे करके 5 फिट पिछे करके उन्होंने दो ही वर्ड लिखे सी जस और नो कि चाहे सानू इस मुद्दे पर हाँ कहो जां सानू ना कहो होर असी तीसरा फेर बदल जां अमेंडमेंट बिलों के सानू बिल्कुल भी बर्दाश्त नहीं है। तो उस तो बाद साडे जिहड़े खेतीबाड़ी मंत्री ने उन्होंने कहा सी हिंदुस्तान के खेतीबाड़ी मंत्री ने कि असी किसान भरावां नू अपील करते हैं किसान जथेबंदियों को अपील करते हैं कि महिलावान तो बच्चों वापस भेज दें। वो इस करके कह रहे हैं कि उन्होंने बच्चे तो महिलावान वापस चले जाए तो उस तो बाद असं इन्हों के खिलाफ जी कानूनी कार्रवाई उन्हों की बनती है इन्हों जरा इस माहौल में खराब किया जाए उन्होंने धक्का मुक्की किया जाए जो उतो जबरदस्ती ठाले जाए उन्होंने परपज है तो साफ नज़र आ रहा जी। बिल्कुल की लगता हूँ तुहानू कोई गल जी है केंद्र सरकार लवे लावे जी भी या फिर पंजाब का या हिंदुस्तान का माहौल कह लिए भी खराब होने के नाते। देखो जी एज सबका सैनिक होने के नाते असी अपने भारत वर्ष में हिंदुस्तान में दिल दी गहराइयां तो प्यार करते हैं इस मिट्टी वास्ते असी अपनी जाना दे भी रहे तो अगे देंदे रहेंगे शहादतां देंदे रहेंगे ये साडा फौजी का धर्म है। असी किसी भी मसले का हल बड़े प्यार ते शांति नाल चाहुंदे आ। अज केंद्र सरकार नूं भी चाहिंदा कि यह जवानां दा किसानां दा व्यापारियां दा मजदूरां दा हरेक वर्ग का यह जिहड़ा मुद्दा बन गया ये ना ही कल्ले पंजाब का रहा ना कल्ले हरियाणे का रहा ना राजस्थान का ना कल्ले भारत का यह इंटरनेशनल मुद्दा बन गया। तो सरकार नूं असी अपील करदे आ कि तुसी मंथन लो कोई जरूरी नहीं कि 9 तरीक नूं मीटिंग करनी है करनी है ठीक है। किसान जथेबंदियां ने भारत बंद करन दा जिहड़ा सद्दा दिता होया ते इहदे विच असी साबका सैनिक जथेबंदियां ने सारे ने फैसला किया कि असी भारत बंद का समर्थन करते हैं पूरा भारत आ जिहड़ा पूरी तरह सीज हो जाऊगा। जिहड़े लोग दिल्ली नूं जा रहे ने उहनां नूं भी यही बेनती की जाऊ कि उत्थे साडे पहलां बंदे बहुत बैठे हुए ने पर कल पूरा भारत बंद करके एक यह सुनेहा दे दो कि पूरा हिंदुस्तान आ जिहड़ा इन्हां काले बिलां नूं बिल्कुल नहीं चाहुंदा। साबका सैनिकों जिहड़े तुसीं सारे इकट्ठे हो के जिहड़े दिल्ली वल नूं जा रहे हो किसानों के हमायत के जा रहे हो पर दूसरे पासे केंद्र सरकार ने जिहड़े जवान ने वह तैनात करते हैं कि जो भी कोई माहौल इस तरह का बनता है तो उन्होंने उपर काबू कर सकन की लगता तुहानू कि सरकार दोहरी राजनीति खेड रही है या फिर जिहड़े जवान ने वह किसानों का ही साथ देंगे। देखो जी पिछले लंबे समय तो किसानों का संघर्ष चल रहा उत्थे किसानां दे कोले हर चीज़ अवेलेबल हैगी आ सरकार तो किसी चीज़ की मंग नहीं कर रहे खाना पीना पहनना सारा कुछ किसान आप लैके बैठे ने पिंडां दे विचों असी रसन समगरी इकट्ठी करके उत्थे तक पहुँचा रहे हैं। ये जिहड़ी हुण CRPF CISF जिहड़ियां इह धमकाउण दीआं कोशिशां हो रही ने वो साफ जाहिर आ कि उहनां नूं सिर्फ उत्थे धमकाउण वास्ते उत्थे उठा लिया पर इहनां नूं पता नहीं कि हुण तक जिन्ने भी केंद्र सरकार ने फैसले ले ने वह होर लोकां नाल ले ने। पंजाब साडा खास करके साडे पंजाबी होण दे नाते मैं गल बड़ी फखर नाल कहना चाहुंदा कि साडे पंजाबी दा इतिहास आ बहुत संघर्षमई इतिहास रहा है कुरबानियां भरा इतिहास आ। इस गिद्दड़ भंकियां दे नाल इह लोक डरन वाले नहीं हैगे ते इन्हां नूं समझ लेना चाहिंदा कि हुण जिहड़ा महाराजा रणजीत सिंह दे असी वारस आंगे हरी सिंह नलूए दे असी वारस आंगे कि इस जिहड़े साडे पंजाबी लोक ने इह अपनी कुरबानी तां दे सकदे ने पर दित्ते हुए मुद्दे तों वापस नहीं मुड़ सकदे। हाँ जी की कहना चाहुंदे हो प्रोटेस्ट ते जा रहे हैगे। हाँ जी सारी संगत नूं पहलां वाहिगुरू जी का खालसा वाहिगुरू जी की फतेह। मैं रिटायर्ड हौलदार कमलदीप सिंह साबका सैनिक एक्शन ग्रुप भवानीगढ़ के वलों असी एक बहुत बड़ा काफला जो कि तकरीबन अज साढ़े नाल 60-70 जवानों का चलिया है भवानीगढ़ तो लैके इतों दिड़बा तहसील के नाल मिल के असी दिल्ली वालों कूच कर रहे हैं।
साडा जिहड़ा मेन मकसद है वह एको है, क्योंकि हुण इह बिलां बारे हर कोई जागरूक है, किसान बैठा है, किसान लड़ रहा, अज का किसान पढ़िया लिखा उन्हूं हर एक गल की समझ है, किसान नूं कुछ सानूं समझाउण दी लोड़ नहीं, असीं सिर्फ उन्हां दे मोढे नाल मोढा ला के उत्थे जा के एक लड़ाई लड़न जा रहे हां कि कल नूं अगर BJP सरकार कोई इह जी बेहुदा हरकत करदी है जिवें उह हुण साडे किसानां नूं कह रही है कि तुसीं अपणियां मामा भैणां बच्चों नूं वापस मोड़ दो, जिवें गुलाब साहब ने दस्सिया कि उन्हां दा मनसूबा की है कि जदों मामा भैणां बच्चे घरां नूं आ जाणगे उह फिर लाठी चार्ज कर सकदे ने, हो सकदा कल नूं माहौल गर्म हो जाए उह गोली दा हुक्म भी दे सकदे ने, उह साडे जवानां और किसानां नूं आप च भड़ा के मारन दी दोहरी राजनीति कर रहे ने, जो जवान है जो देश के बॉर्डर से लड़ाई लड़ रहे हैं वो किहदा पुत्र है, वह एक जात का मजदूर का पुत्र है, जां किसान का पुत्र है, जां किसी छोटे वर्ग का पुत्र है, वह किसी लैंडलॉर्ड किसी जां कारपोरेट घराने का पुत्र का बॉर्डर से लड़ाई नहीं लड़ता, बार्डर से भी असी मरीए तो अपने हकों लिए दिल्ली भी असी मरीए, ये कितों की यह राजनीति है दसो। मोदी सरकार बिल्कुल एक मैं कहांगा लफ्ज बोलने नहीं चाहिए, एक बेवकूफ सरकार है, अनपढ़ां दी सरकार है, अन्नी बोली सरकार है, जिन्हों ना कुछ दिखता है ना कुछ सुनता है, सिर्फ वह अंबानी अडानी और RSS के उपर जिहड़ा काम कर रही है, क्योंकि इसकी गवाही है जिहड़ी वो पिछली मीटिंग दे विच तोमर जी आप दे चुके ने, उन्होंने मूहों सुभाव के एक गल निकल गई कि अगर मैं अज किसानां दीआं मंगां मन लैना तो कल नूं अबानी अडानी आ जाणगे, अगे दिमाग कम कर गया कुछ भी नहीं बोले कि मैं गलत तरीके नाल चल गया, इहदा मतलब यह है कि जो साडे किसानां दा शक सी उह यकीन च बदल गया, जो ये मोदी सरकार है अंबानी अडानी के कहण ते सानूं उन्हां कारपोरेट घराणे दे अंडर करना चाहुंदी है, क्योंकि करोना की महामारी के अंदर इन्होंने एक डाटा कढ़िया है हर एक बिजनेस है जिहड़ा वह घाटे च चलिया गया सीगा, हर एक बिजनेस, लेकिन एक जिहड़ा साडा किसानी यह खेतीबाड़ी का धंधा है ये 3% प्रॉफिट से फिर भी भावें साडा किसान करजई है पर इस बार साडी फसल बहुत वधिया हुई है, परमात्मा का शुक्र है साडी फसल बीमारियां ठमारियां तो बची है तो फसल वधिया हुई है, ये जिहड़े अंबानी अडानी ने उत्थों इंटरनेट राही सैटेलाइट राही सारी रिपोर्ट लैके देखते हैं, उन्होंने देखा भी यार हर एक बिजनेस घाटे च जा सकता है लेकिन जिहड़ा किसान है पंजाब का यह तो बहुत फसल पैदा कर रहा है तो घाटे च नहीं जा रहा, वह फिर मोदी हुण उन्हां दा एक चमचा है, उन्हां दा एक चापलूस है, उन्हां दे जिहड़े फंड दित्ते उन्हां दे सरकार बनाई बैठा है, उन्हें इन्हां नूं यह सलाह दित्ती है भी तू इन्हां नूं साडे अंडर कर, हुण इह तरीकियां दे नाल एक होर बहुत वड्डी इहदे विच राजनीति खेडी जा रही है, पंजाब दे अपने आप पातड़ां तों लैके भवानीगढ़ हुंदी एक वड्डा रोड कढ़िया जा रहा है जिहनूं नैशनल हाईवे दिल्ली कटड़ा जम्मू एक्सप्रैस का नाँ दिता है, पर वो कोई इन्हां ने एक होर दे मुद्दा कह के असीं इह जी उत्थे वैष्णो देवी नूं ला रहे हां, ये सिर्फ एक साजिश है, ये जिहड़ा रोड बना रहे ने ये रोड सिर्फ अबानिया अडानिया लई पंजाब दा इत्थों खेतां दा माल ढोण लई बना रहे ने, क्योंकि मेरी जमीन उहदे विच 1.5 किलो आ रही है मैनूं पता है, बुरजियां लग चुकियां ने उन्हां दे खिलाफ भी साडियां जथेबंदियां बन गईयां ने भी जिन्ना चिर, हाँ जी तुसीं देखिया होणा जगह जगह ते दिड़बे च भी मीटिंगां होईयां ने एक दो दिन पहलां, और साडा जिहड़ा अज जाण दा मेन मुद्दा है साडा इही है कि साडा किसान है जिहड़ा जिहड़े साडे उत्थे माँ बाप बजुर्ग भैण भरा बैठे ने ਉਹ ਇਹ ਨਾ ਸਮਝਣ ਕਿ ਅਸੀਂ ਇਕੱਲੇ ਹਾਂ, ਦੇਖੋ ਮਜ਼ਦੂਰ ਉਹਨਾਂ ਦਾ ਸਾਥ ਦੇ ਰਿਹਾ, ਸਾਡੇ ਬਹੁਤ ਸਾਰੇ ਸਾਬਕਾ ਸੈਨਿਕ ਪਿੰਡਾਂ ਦੇ ਵਿੱਚ ਜੋ ਕਿਸਾਨੀ ਕਰ ਰਹੇ ਨੇ ਰਿਟਾਇਰਡ ਹੋ ਕੇ ਉੱਥੇ ਪਹੁੰਚ ਚੁੱਕੇ ਨੇ, ਇੱਕ ਦੋ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਔਰ ਵੌਇਸ ਕਾਲਾਂ ਵੀ ਵਾਇਰਲ ਹੋ ਰਹੀਆਂ ਨੇ, ਤੁਹਾਡੇ ਜਿਹੜੇ ਜਵਾਨ ਨੇ ਉਹ ਕਹਿ ਰਹੇ ਨੇ ਕਿ ਸਾਨੂੰ ਨਿਰਦੇਸ਼ ਸਰਕਾਰ ਦੇ ਆ ਗਏ ਨੇ ਕਿ ਡਿਊਟੀਆਂ ਉੱਤੇ ਜਾਓ ਆਪਣੇ ਤੈਨਾਤ ਹੋ ਜਾਓ ਵੀ, ਪਰ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚੇ ਨੇ ਜਿਹੜੇ ਜਾਂ ਹੋਰ ਨੇ ਉਹਨਾਂ ਦਾ ਧਿਆਨ ਰੱਖੋ, ਉਹਨਾਂ ਨੂੰ ਭੇਜ ਦਿਓ ਵੀ ਕਿਉਂਕਿ ਅਸੀਂ ਡਿਊਟੀ ਕਰਨੀ ਹੈ ਵੀ ਮਾਹੌਲ ਉਰੇ ਕਿਸੇ ਵਕਤ ਵੀ ਖਰਾਬ ਹੋ ਸਕਦਾ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ ਅੱਜ ਜਿਹੜਾ ਹਰ ਵਰਗ ਹੈ ਉਹ ਜਾਗਿਆ ਹੋਇਆ, ਪੜ੍ਹਿਆ ਲਿਖਿਆ ਵਰਗ ਹੈ, ਭਾਵੇਂ ਸਾਡੇ ਨਵੇਂ ਬੱਚੇ ਜਿਹੜੇ ਫੌਜ 'ਚ ਨੇ ਉਹ ਵੈੱਲ ਕੁਆਲੀਫਾਈਡ ਬੱਚੇ ਨੇ, ਕੰਪਿਊਟਰ ਕੋਰਸ ਕਰਕੇ ਜਾਂਦੇ ਨੇ, ਭਾਵੇਂ ਉਹ ਜਰਨਲ ਡਿਊਟੀ ਦੇ ਵਿੱਚ ਹੀ ਨੇ, ਉਹ ਵੀ ਸਿਆਣੇ ਨੇ, ਅਗਰ ਉਹਨਾਂ ਦੀ ਡਿਊਟੀ ਲਾ ਵੀ ਦਿੱਤੀ ਜਾਏਗੀ ਤੁਹਾਨੂੰ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ, ਕਿਹਦੇ ਧੀਆਂ ਪੁੱਤਰ ਨੇ, ਸਭ ਤੋਂ ਵੱਧ ਪੰਜਾਬੀ ਆ ਬਾਰਡਰਾਂ 'ਤੇ, ਫੌਜ ਦੇ ਵਿੱਚ ਸਭ ਤੋਂ ਵੱਧ ਸਾਡੀ ਪੰਜਾਬੀਆਂ ਦੀ ਗਿਣਤੀ ਹੈ, ਭਾਵੇਂ ਕਿਸੇ ਮਰਜ਼ੀ ਸਹਾਤ ਨੂੰ ਦੇਖ ਲਓ ਪੰਜਾਬੀ 95% ਸਹਾਤਾਂ ਦੇ ਵਿੱਚ ਖੜ੍ਹੇ ਹੁੰਦੇ ਨੇ, ਉਹਨਾਂ ਨੂੰ ਇਹ ਆਰਡਰ ਦੇ ਦੇਣਗੇ, ਭਾਵੇਂ ਸਾਡੀ ਪੁਲਿਸ ਹੈ, ਪੰਜਾਬ ਪੁਲਿਸ ਹੈ, ਦਿੱਲੀ ਪੁਲਿਸ ਹੈ, ਹਰਿਆਣਾ ਪੁਲਿਸ ਹੈ, CRPF ਹੈ, ਹਰ ਵਿੱਚ ਪੰਜਾਬੀ ਹੈ, ਜੇ ਪੰਜਾਬੀ ਨਹੀਂ ਤਾਂ ਭਾਵੇਂ ਕਿਸੇ ਦੂਸਰੇ ਸੂਬੇ ਦਾ, ਉਹ ਵੀ ਤਾਂ ਕਿਸੇ ਕਿਸਾਨ ਦਾ ਹੀ ਪੁੱਤਰ ਹੈ, ਕਿਸੇ ਮਜ਼ਦੂਰ ਦਾ ਪੁੱਤਰ ਹੈ, ਉਹ ਕਦੇ ਵੀ ਇਹੋ ਜਿਹੀ ਮੋਦੀ ਦੇ ਇਹਨਾਂ ਮੋਦੀ ਜੋ ਚਾਲਾਂ ਚੱਲ ਰਿਹਾ ਹੈ, ਮੈਨੂੰ ਉਮੀਦ ਮੈਂ ਕਰਦਾ ਔਰ ਬੇਨਤੀ ਵੀ ਕਰਦਾ ਕਿ ਸਾਡੀ ਕੋਈ ਵੀ ਫੋਰਸ ਕਿਸਾਨਾਂ ਦੇ ਉੱਪਰ ਕੋਈ ਇਹੋ ਜਿਹਾ ਗਲਤ ਵਿਵਹਾਰ ਨਹੀਂ ਕਰੇਗੀ, ਕੋਈ ਲਾਠੀਚਾਰਜ ਨਹੀਂ ਕਰੇਗੀ, ਮੋਦੀ ਜੋ ਇੱਕ ਚਾਲ ਇਹੀ ਚੱਲ ਰਿਹਾ ਹੈ ਵੀ ਜੇ ਧੀਆਂ ਭੈਣਾਂ ਵਾਪਸ ਚੱਲ ਜਾਣਾ ਤਾਂ ਸਾਨੂੰ ਸੌਖਾ ਹੋ ਜਾਵੇ ਇਹਨਾਂ 'ਤੇ ਲਾਠੀਚਾਰਜ ਕਰਨਾ, ਪਰ ਤੁਸੀਂ ਆਪਣੀ ਤਿਆਰੀ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਖਿੱਚ ਕੇ ਲੈ ਕੇ ਜਾ ਰਹੇ ਹੋ ਤਿਆਰੀ,
जे लड़ाई लड़नी पैंदी है तो लड़ाई लड़ोगे, जे तुहाडे सैनिक ने जिहड़े उत्ते लगे हुए ने ड्यूटी ते की उन्हां नूं भी समझाओगे तुसीं तुहाडा साथ देण वास्ते? बिल्कुल जी, ये तुसीं गल जो सानूं कही है असीं पहले ही जहन च लैके चले हां। पहली च जिन्ने साडे उत्ते साबका सैनिक जाणगे, जिन्ने उत्ते मौजूदा सैनिकां दीआं ड्यूटियां लगियां होणगीआं, भावें उह किसे भी फोर्स दे होण, पुलिस तों लैके CRPF BSF जो भी होणा, साडे नाल ज्यों ज्यों उहनां दा राबता होऊ असीं उहनां दे कन्नी गल पावांगे, क्योंकि जदों साडे मैडल लगे हुए देखणगे सानूं साबका सैनिकां दी पहचान नाल असीं जावांगे, असीं तां ही इक इक वक्री पहचान लैके चले हां। वैसे साडे साबका सैनिक बहुत पहलां पहुँच चुके ने, उत्ते इह पहचान लैके जाण दा मकसद ही है असीं उहनां नूं समझावांगे भी असीं धीआं पुत्तर किहदे आ, इह किसानी दे सिर ते सारा देश चल रिहा है। ये थोड़ी है कि मोदी उन्होंने धक्के नाल आके कहेगा गोली चला दो, चलाउनी तो जवान ने है। और दूसरी गल यह रही सरकार दी, मैं मोदी सरकार नूं खुली चेतावनी दिंदा जो तुहाडे थ्रू ये कि जे इन्हां ने कोई इहो जी गलत घटिया हरकत की, आ जिहड़े मेरे साथी सारे खड़े ने, इन्हां ने 65,000 कारगिल दीआं लड़ाइयां लड़ियां होईआं ने, इन्हां ने इंसरजेंसी दे विच काम कीता होया, सहायतां दित्तियां होईआं ने, ते असीं हथियार जमा करा के आए हां, असीं कोई चलाउणे नहीं भुल्ले, जे सानूं दुबारों चक्कणे पै गए ते जिहड़े इह कहिंदे ने RSS दे टौट विच वड़ के हथियार चला लांगे, उन्हां दीआं गोलियां दे मूहरे असीं हत्थ ला के रोक के उल्टा उन्हां ते एक्शन लै सकदे हां। असीं पीसफुली प्रोटेस्ट करन चले हां, ते असीं कोई हंगामा नहीं करन चले, असीं आपदे उन्हां दे कोई साडे कोल हथियार नहीं, साडे कोल सिर्फ साडा राशन पानी है, साडा रहन सहन दा बंदोबस्त है, बाकी असीं कुछ आपदा जो फंडिंग वगैरह आपदे खर्चे वास्ते नाल लैके चले हां, आपदियां गड्डियां आपदियां ट्रैक्टर ट्रालियां नाल लैके चले हां, तां कि असीं किसे ते बोझ ना बणीए, असीं उहनां दा साथ देईए। पर फिर भी जे मोदी सरकार इह काले कानून नहीं रद्द करदी तां असीं भावें सानूं साल बैठना पवे भावें 5 साल बैठना पवे। जिहड़ा मैडल वापस करन दा दौर जिहड़ा चलिया होया हैगा, जिवें खिडारी होण जां कोई भी होवे, पद्म श्री अवार्ड जां अर्जुन अवार्ड जिहड़े उह वापस कीते जा रहे नेगे, हालांकि अकाली दल वल्लों भी और ढींडसा होरां वल्लों भी जिहड़े इह मैडल वापस कीते गए नेगे, की लगदा तुसीं जिहड़े तुहानूं भी बहुत वड्डे मैडल मिले होए ने, जिद्दां गुलाब जी दस रहे सीगे कि इहनां गल्लां मैडलां दा जिहड़ा हुण कोई हक नहीं हैगा, तुसीं भी कोई इस तरह की कार्रवाई पाउण चले हो? देखो जी, जिहड़ी राजनीति दे संबंध नाल असीं कोई गल नहीं करांगे, कौन वापस कर रहा कौन लै रहा उहनां दा मुद्दा है, क्योंकि असी जिहड़े साबका सैनिक हुंदे असी इह सहुं चुकी हुंदे वी असी किसे पार्टी नाल संबंधित नहीं हैगे, ना असी सी ना हाँ ना होवांगे। साडे जिहड़े मैडलां दी गल है असी इह तुहानूं कह चुके हां पहलां भी कि अगर सरकार अज जवान दे उप्पर उहदी पेंशन दे उप्पर कटौती लाउण जा रही है, उहनूं धक्के नाल जबरदस्ती इह कर रही है तूं 58 साल तक नौकरी कर, तुसीं इह दसो 58 साल दा बुढ़ा जे उहनूं जम्मू कश्मीर दीआं पहाड़ियां जंगलां विच तुरना पै जाए किवें तुरपू? अगर तुसीं 58 साल नौकरी नहीं करोगे तुहाडी पेंशन आ जिहड़ी अद्धी कर दित्ती जाऊगी। ਇਹ ਜਿਹੜੇ ਉਹ ਗੱਲਾਂ ਕਰ ਰਹੀ ਹੈ ਉਹ ਜਵਾਨਾਂ ਦਾ ਮਨੋਬਲ ਇਹ ਡੇਗ ਰਹੀ ਹੈ, ਔਰ ਮੋਦੀ ਸਰਕਾਰ ਆਪਣੇ ਦੇਸ਼ ਲਈ ਖੁਦ ਇੱਕ ਜਿਹੜੀ ਆਪਾਂ ਕਹਿੰਦੇ ਹਾਂ ਵੀ ਉਹ ਖਤਰਾ ਪੈਦਾ ਕਰ ਰਹੀ ਹੈ। ਜਵਾਨ ਹੋਣੇ ਚਾਹੀਦੇ ਨੇ ਫੌਜ ਦੇ ਵਿੱਚ, ਜੰਗ ਹੋਣੇ ਚਾਹੀਦੇ ਨੇ, ਜਿੱਦਾਂ ਚਾਈਨਾ ਦੀ ਆਰਮੀ ਦੇ ਵਿੱਚ ਨੇ, ਉਹ ਕਿਉਂ ਪਾਵਰਫੁੱਲ ਆਰਮੀ ਹੈ, ਉਹਨਾਂ ਕੋਲ ਸਾਰੇ ਜਿਹੜੇ ਜੰਗ ਜਨਰੇਸ਼ਨ ਹੈ, ਸਾਡੇ ਬਜ਼ੁਰਗ ਅਸੀਂ ਕਾਹਦੇ ਵਾਸਤੇ ਫੌਜ ਜਾਂਦੇ ਹਾਂ ਵੀ ਯਾਰ ਅਸੀਂ ਬੁਢਾਪਾ ਜਿਹੜਾ ਪੈਨਸ਼ਨ ਦੇ ਸਿਰ 'ਤੇ ਗੁਜ਼ਾਰਾ ਕਰਾਂਗੇ? ਪਰ ਹੁਣ ਮੋਦੀ ਸਰਕਾਰ ਕਹਿੰਦੀ ਹੈ ਨਹੀਂ ਜੀ, ਤੁਸੀਂ ਬੁੱਢੇ ਹੋ ਕੇ ਵੀ ਨੌਕਰੀ ਕਰੋਗੇ ਤੁਹਾਨੂੰ ਪੈਨਸ਼ਨ ਹੀ ਤਾਂ ਮਿਲੇਗੀ, ਨਹੀਂ ਕਰੋਗੇ ਤਾਂ ਤੁਹਾਡੀ ਪੈਨਸ਼ਨ ਕੱਟੀ ਜਾਏਗੀ। ਹੁਣ ਤੁਸੀਂ ਇੱਕ ਗੱਲ ਦੱਸੋ, ਇੱਕ ਮਜ਼ਦੂਰ ਆ ਜਿਹੜਾ ਫੌਜੀ ਹੈ, ਮਜ਼ਦੂਰ ਦਾ ਬੇਟਾ ਹੈ, ਉਹਦੇ ਕੋਲ ਕੋਈ ਜ਼ਮੀਨ ਨਹੀਂ ਹੈਗੀ, ਉਹ 20,000 'ਤੇ ਆਪਦਾ ਡਿਪੈਂਡ ਹੋ ਕੇ ਆਪਦੀ ਨੋਰਮਲ ਜ਼ਿੰਦਗੀ ਜਿਉ ਰਿਹਾ, ਕੱਲ੍ਹ ਨੂੰ ਉਹਦੀ ਪੈਨਸ਼ਨ ਕੱਟ ਕੇ 10,000 ਕਰ ਦੇਣਗੇ, ਮਹਿੰਗਾਈ ਦੁੱਗਣੀ ਕਰ ਦੇਣਗੇ, ਅਤੇ ਫਿਰ ਉਹਦਾ ਗੁਜ਼ਾਰਾ ਕਿੱਦਾਂ ਹੋਵੇਗਾ? ਇਹ ਸਾਰੀਆਂ ਇਹਨਾਂ ਦੀਆਂ ਚਾਲਾਂ ਨੇ। ਅਸੀਂ ਪੀਸਫੁੱਲੀ ਉਹਦੇ ਪ੍ਰੋਟੈਸਟ ਕਰਨ ਜਾ ਰਹੇ ਹਾਂ, ਜਵਾਨਾਂ ਦੇ ਨਾਲ ਉੱਥੇ ਅਸੀਂ ਕਿਸਾਨਾਂ ਦੇ ਨਾਲ ਖੜਨ ਜਾ ਰਹੇ ਹਾਂ, ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਤੁਰਾਂਗੇ ਜਿਵੇਂ ਸਾਨੂੰ ਸਾਰੀਆਂ ਜਥੇਬੰਦੀਆਂ ਹੁਕਮ ਦੇਣਗੀਆਂ। ਸਾਡਾ ਸਾਬਕਾ ਸੈਨਿਕਾਂ ਦਾ ਜੋ ਵੀ ਉੱਥੇ ਰੋਲ ਹੋਵੇਗਾ ਅਸੀਂ ਉਹਨੂੰ ਅਦਾ ਕਰਾਂਗੇ, ਪਰ ਅਸੀਂ ਉੱਤੇ ਕੋਈ ਵੀ ਗਲਤ ਹਰਕਤ ਨਹੀਂ ਕਰਾਂਗੇ। ਸਾਡੇ ਜੋ ਜਵਾਨ ਨੇ ਉਹਨਾਂ ਨੂੰ ਅਸੀਂ ਜਿਹੜੇ ਸਾਡੇ ਪਿੰਡਾਂ ਦੇ ਬੇਟੇ ਨੇ ਉਹਨਾਂ ਨੂੰ ਅਪੀਲ ਕਰਾਂਗੇ ਕਿ ਪੀਸਫੁੱਲੀ ਆਪਾਂ ਨੇ ਕਰਨਾ ਹੈ। ਰਾਤ ਤੁਸੀਂ ਸੁਣਿਆ ਹੋਣਾ, ਮੈਂ USA ਤੋਂ ਔਰ ਆਸਟ੍ਰੇਲੀਆ ਤੋਂ UK ਤੋਂ ਸਪੀਚਾਂ ਸੁਣ ਰਿਹਾ ਸੀਗਾ, ਉੱਥੇ ਵੀ ਪੀਸਫੁੱਲੀ ਉਹ ਪ੍ਰੋਟੈਸਟ ਕਰਨੇ, ਇੰਟਰਨੈਸ਼ਨਲ ਇਹ ਮੁੱਦਾ ਬਣ ਚੁੱਕਿਆ, ਔਰ ਸਰਕਾਰ ਅੱਜ ਨਾ ਝੁਕੀ ਤਾਂ ਕੱਲ੍ਹ ਨਾ ਝੁਕੀ ਨੂੰ ਝੁਕਣਾ ਪਵੇਗਾ, ਨਹੀਂ ਝੁਕੇਗੀ। ਅੱਜ ਅਸੀਂ ਜਿਹੜਾ ਦਿੱਲੀ ਦਾ ਕੋਈ ਰੋਡ ਇੱਕ ਅੱਧਾ ਰਹਿੰਦਾ ਅਸੀਂ ਉਹ ਵੀ ਬੰਦ ਕਰ ਦਾਂਗੇ। ਅਸੀਂ ਫੌਜੀ ਜਿਹੜੇ ਚੱਲੇ ਹਾਂ ਅਸੀਂ ਕਿਸਾਨਾਂ ਨਾਲ ਉੱਥੇ ਇੱਕ ਕਿਲਾਬੰਦੀ ਮੋਰਚਾਬੰਦੀ ਕਰਨ ਚੱਲੇ ਹਾਂ, ਉਹ ਪੀਸਫੁੱਲੀ ਦੇ ਵਿੱਚ। ਜਿਸ ਤਰ੍ਹਾਂ ਵੀ ਉੱਥੇ ਸਿਚੁਏਸ਼ਨ ਸਾਨੂੰ ਮਿਲੇਗੀ ਅਸੀਂ ਉਹ 'ਤੇ ਕੰਮ ਕਰਾਂਗੇ। ਸਾਡੇ ਜਥੇ ਜਾਣਗੇ ਵਾਰ ਵਾਰ ਇੱਕ ਦੂਜੇ ਭੈਣ ਭਰਾਵਾਂ ਨੂੰ ਜਿਨ੍ਹਾਂ ਦੇ ਕੰਮ ਧੰਦੇ ਪਿੰਡਾਂ 'ਚ ਹੋਣਗੇ ਉਹਨਾਂ ਨੂੰ ਰਿਪਲੇਸ ਕਰਦੇ ਰਹਾਂਗੇ, ਪਰ ਅਸੀਂ ਉੱਥੋਂ ਵਾਪਸ ਨਹੀਂ ਮੁੜਾਂਗੇ। ਅਸੀਂ ਉੱਥੇ ਵੱਡੇ ਕਾਫਲਿਆਂ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦੀਆਂ ਟਰਾਲੀਆਂ ਦੇ ਵਿੱਚ ਬਹਿ ਕੇ ਉੱਥੇ ਲੰਗਰ ਪਾਣੀ ਛੱਕ ਕੇ ਉਹਨਾਂ ਦੇ ਨਾਲ ਧਰਨਿਆਂ ਦੇ ਵਿੱਚ ਬਹਿ ਕੇ ਉਹਨਾਂ ਦੇ ਨਾਲ ਸਟੇਜਾਂ 'ਤੇ ਖੜ ਕੇ ਵਿਚਾਰ ਸਾਂਝੇ ਕਰਾਂਗੇ, ਔਰ ਸਾਰੀਆਂ ਫੋਰਸਾਂ ਦੇ ਨਾਲ ਕੰਟੈਕਟ ਕਰਾਂਗੇ। ਸਾਡੇ ਜਵਾਨਾਂ ਨੂੰ ਵੀ ਇਹਦੇ ਬਾਰੇ ਜਾਗਰੂਕ ਕਰਾਂਗੇ, ਆਪਾਂ ਪੀਸਫੁੱਲੀ ਇੱਕ ਪ੍ਰੋਟੈਸਟ ਕਰਕੇ ਇਸ ਲੜਾਈ ਨੂੰ ਜਿੱਤਣਾ, ਕਿਉਂਕਿ ਪੰਜਾਬ ਦਾ ਇਤਿਹਾਸ ਹੈ, ਪੰਜਾਬ ਜਿੰਨੀ ਵਾਰੀ ਵੀ ਦਿੱਲੀ ਗਿਆ ਜਿੱਤ ਕੇ ਆਇਆ, ਕਦੇ ਖਾਲੀ ਨਹੀਂ ਮੁੜਿਆ, ਔਰ ਅਸੀਂ ਇਸ ਇਤਿਹਾਸ ਨੂੰ ਜਿਹੜਾ ਬਰਕਰਾਰ ਰੱਖਣਾ, ਕਿਉਂਕਿ ਅਸੀਂ ਹਰੀ ਸਿੰਘ ਨਲੂਏ ਬਾਬਾ ਬਘੇਲ ਸਿੰਘ ਦੇ ਵਾਰਸ ਹਾਂ, ਜਿਨ੍ਹਾਂ ਨੇ ਦਿੱਲੀ ਦੀ ਸਿੱਲ ਪੁੱਟ ਕੇ ਅੰਮ੍ਰਿਤਸਰ ਲਿਆਂਦੀ ਸੀ, ਅੱਜ ਵੀ ਪਈ ਆ ਉੱਤੇ। ਅਸੀਂ ਦਿੱਲੀ ਦਾ ਤਾਕਤ ਪੁੱਟਣ ਦੀ ਤਾਕਤ ਵੀ ਰੱਖਦੇ ਹਾਂ, ਪਰ ਇਹ ਸਾਡੀ ਦਰਿਆ ਦਿੱਲੀ ਹੈ ਕਿ ਜਿਹੜਾ ਸਾਡੇ ਡਾਂਗਾ ਮਾਰਦਾ ਅਸੀਂ ਉਹ ਪੁਲਿਸ ਵਾਲੇ ਨੂੰ ਵੀ ਪ੍ਰਸਾਦਾ ਸਿਖਾ ਰਹੇ ਹਾਂ। ਦੇਖੋ ਤੁਸੀਂ ਦੇਖਿਆ, ਇਹ ਸਾਡੇ ਪੰਜਾਬੀਆਂ ਦੇ ਹਿੱਸੇ ਇਹ ਚੀਜ਼ ਆਉਂਦੀ ਹੈ, ਇਸ ਕਰਕੇ ਅਸੀਂ ਸਾਬਕਾ ਸੈਨਿਕ ਸਾਰੇ ਜੋ ਪੰਜਾਬ ਦੇ ਹਾਂ
बाहरले सूबों चो भी आ रहे हैं। साड़ी ऑर्गेनाइजेशन इंडिया लेवल की है, ये साड़ा जिहड़ा साबका सैनिक एक्शन ग्रुप है पंजाब लेवल का, असं जा रहे हैं बाहरले सूबों चो भी आ रहे हैं, सारे उत्ते पीसफुली बैठांगे प्रोटेस्ट करांगे, अगे देखते हैं कहो जी रणनीति उत्ते जाके बनेगी, सिचुएशन ते आधार की उत्ते सानू जथेबंदियां साड़ा हुक्म लाउंदियां ने, क्योंकि मोढ़ी तेरे ओह ने हुण साडियां, असी उन्होंने बैकअप देनी है, असी उन्होंने साथ देना, समर्थन करना उन्होंने, जिमें जिमें हुक्म लाउणगे ओह जा असी पीसफुली हर एक ढंग नाल उन्हां दा साथ देवांगे। सो बिल्कुल ये साबका सैनिक ने जिहड़े पीसफुली तरीके दे नाल अपना प्रोटेस्ट जिहड़ा दिल्ली दे विच करन दे लई इत्थों रवाना हो रहे हैं, पर लेकिन इन्हां दा ये भी कहना कि जेकर मोदी सरकार कोई भी इस तरह की हथकंडा अपनाउंदा हैगा कि माहौल खराब करन दी कोशिशां करदा है तां साडे जिहड़े हथियार ने वैपन ने जिहड़े जमा करवाए होए ने असीं उह हुण भी चलाना जाणदे हैगे आ, तां साडे जिहड़े साबका सैनिक ने तां सारे तत्पर ने लड़ाई लड़न दे लई तैयार ने, इहो इन्हां दा कहना हैगा। पर हुण देखणा होगा कि 9 तरीक दी जिहड़ी किसानां दे नाल दिल्ली दे विच बैठक है उसका की सिट्टा निकले जा फिर पिछलियां मीटिंगां दे वांग ही वो मीटिंग भी बेशिट्टा रहिंदी है और किसानां दा किस तरह का रुख रहेगा ये एक देखण वाली गल होगी। कल यानी कि 8 दसंबर का दिन जिहड़ा हैगा भारत बंद की कॉल किसानां वल्लों कही गई हैगी, ये भी एक देखण वाली गल होगी कि भारत बंद की कॉल दे उपर किन्ना क जिहड़ा वड्डा समर्थन मिलता हैगा। पंजाबी लोक चैनल दे लई संजीव गोयल संगरूर।